ਕੀ ਤੁਹਾਨੂੰ ਪਤਾ ਹੈ 23 ਮਾਰਚ 2024 ਤੋਂ GT ਰਿਪਲੇਸ ਕਰ ਦਿੱਤਾ ਗਿਆ ਹੈ GS ਦੇ ਨਾਲ ਤੁਸੀਂ ਸੋਚੋਗੇ ਇਸ ਦਾ ਬੈਨੀਫਿਟ ਸਾਨੂੰ ਕੀ ਹੋਊਗਾ ਸਟੂਡੈਂਟਸ ਨੂੰ ਲੰਬੀਆਂ ਲੰਬੀਆਂ SOPs ਨਹੀਂ ਲਿਖੀਆਂ ਪੈਣਗੀਆਂ ਫਾਰਮ ਵਿੱਚ ਦੇਣੇ ਹੋਣਗੇ 4 ਈਜ਼ੀ ਕੁਐਸਚਨ ਦੇ ਆਨਸਰ ਤੇ ਉਹ 4 ਕੁਐਸਚਨਸ ਕੀ ਹਨ ਐਜੂਕੇਸ਼ਨ ਇੰਪਲੋਇਮੈਂਟ ਬੈਕਗ੍ਰਾਉਂਡ ਵਾਈ ਆਸਟ੍ਰੇਲੀਆ ਵਾਈ ਦਿਸ ਕੋਰਸ ਐਂਡ ਤੁਸੀਂ ਕੀ ਸਿੱਖੋਗੇ ਅਤੇ ਉਹਦੇ ਬੈਨੀਫਿਟਸ ਕੀ ਹੋਣਗੇ ਐਡੀਸ਼ਨਲ ਦੇ ਵਿੱਚ ਅਗਰ ਕੋਈ ਡਾਕੂਮੈਂਟ ਦੇਣਾ ਚਾਹੁੰਦੇ ਹੋ ਤਾਂ ਦੇ ਸਕਦੇ ਹੋ ਇਨ ਸ਼ੋਰਟ ਪ੍ਰੋਸੈਸ ਨੂੰ ਕੱਟ ਸ਼ੋਰਟ ਕਰ ਦਿੱਤਾ ਗਿਆ ਹੈ ਐਕਸਟਰਾ ਡੌਕਸ ਦੀ ਜ਼ਰੂਰਤ ਨਹੀਂ ਹੈ ਵਧੇਰੇ ਜਾਣਕਾਰੀ ਲਈ ਸਾਡੇ ਨੀਚੇ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਜਾਂ ਅਪਾਇੰਟਮੈਂਟ ਬੁੱਕ ਕਰਕੇ ਸਾਡੇ ਐਕਸਪਰਟਸ ਨੂੰ ਮਿਲ ਸਕਦੇ ਹੋ ਧੰਨਵਾਦ ਜੀ